ਜਿਸਨੇ ਪੈਸੇ ਦਿੱਤੇ ਉਸੇ ਨੇ ਹੀ ਭੇਜਤੇ ਲੁਟੇਰੇ। ਸਾਜਿਸ਼ ਤਹਿਤ ਮਾਂ ਬੱਚਿਆਂ ਕੋਲੋਂ ਲੁੱਟ ਕੇ ਲੈ ਗਏ ਲੱਖਾਂ। ਤਾਂ ਦੇਖੋ ਇਹ ਸੀਸੀਟੀਵੀ ਤਸਵੀਰਾਂ ਜਿਸ ਦੇ ਵਿੱਚ ਐਕਟਿਵਾ ਤੇ ਸਵਾਰ ਹੋ ਕੇ ਮਾਂ ਆਪਣੇ ਬੱਚਿਆਂ ਦੇ ਨਾਲ ਜਾ ਰਹੀ ਹੈ। ਦਰਅਸਲ ਇੱਕ ਸ਼ਖਸ ਦੇ ਕੋਲੋਂ ਇਸ ਪਰਿਵਾਰ ਨੇ 2.5 ਲੱਖ ਰੁਪਏ ਲੈਣਾ ਸੀ। ਉਹ ਲੈਣ ਦੇ ਲਈ ਉਸ ਸ਼ਖਸ ਨੇ ਮਾਂ ਅਤੇ ਬੱਚਿਆਂ ਨੂੰ ਰਾਤ ਵੇਲੇ ਸੱਦਿਆ। ਹਾਲਾਂਕਿ ਮਾਂ ਅਤੇ ਬੱਚਿਆਂ ਦੇ ਵੱਲੋਂ ਮਨਾ ਵੀ ਕੀਤਾ ਗਿਆ ਕਿ ਅਸੀਂ ਕੱਲ੍ਹ ਸਵੇਰੇ ਪੈਸੇ ਲੈ ਲਾਂਗੇ, ਪਰ ਉਸ ਸ਼ਖਸ ਦਾ ਕਹਿਣਾ ਇਹ ਸੀ ਕਿ ਮੇਰੇ ਕੋਲੋਂ ਉਹ ਪੈਸੇ ਖਰਚੇ ਜਾਣਗੇ, ਤੁਸੀਂ ਹੁਣੇ ਆ ਕੇ ਲੈ ਜਾਓ। ਤਾਂ ਰਾਤ ਦੇ ਹਨੇਰੇ ਦੇ ਵਿੱਚ ਬੱਚਿਆਂ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਮਾਂ ਪੈਸੇ ਲੈਣ ਜਾਂਦੀ ਹੈ। ਵਾਪਸੀ ਦੇ ਵਿੱਚ ਜਦ ਆ ਰਹੀ ਹੁੰਦੀ ਹੈ ਤਾਂ ਇਹ ਲੁਟੇਰੇ ਟੁੱਟ ਕੇ ਪੈ ਜਾਂਦੇ ਨੇ। ਜ਼ਿਕਰਯੋਗ ਗੱਲ ਇਹ ਹੈ ਕਿ ਲੁਟੇਰਿਆਂ ਦੇ ਵੱਲੋਂ ਹੋਰ ਕੋਈ ਚੀਜ਼ ਨਹੀਂ ਖੋਈ ਗਈ, ਨਾ ਹੀ ਮਾਂ ਦਾ ਫੋਨ ਲਿਆ ਗਿਆ, ਨਾ ਹੀ ਵਾਲੀਆਂ ਅਤੇ ਨਾ ਹੀ ਕੋਈ ਸੋਨੇ ਦਾ ਗਹਿਣਾ। ਸਿੱਧਾ ਉਹਨਾਂ ਨੇ ਐਕਟਿਵਾ ਖੋਈ ਅਤੇ ਫਰਾਰ ਹੋ ਗਏ। ਇਹ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਲੁਟੇਰਿਆਂ ਨੂੰ ਪਹਿਲਾਂ ਤੋਂ ਹੀ ਪਤਾ ਹੋਵੇ ਕਿ ਡਿੱਕੀ ਦੇ ਵਿੱਚ 2.5 ਲੱਖ ਰੁਪਏ ਨੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਰਨ ਤਾਰਨ ਸਾਹਿਬ ਦੀਆਂ, ਜਿੱਥੇ ਲੁੱਟ ਹੋਈ ਹੈ। ਮਾਂ ਅਤੇ ਬੱਚਿਆਂ ਦੇ ਕੋਲੋਂ ਲੱਖਾਂ ਰੁਪਏ ਲੁੱਟ ਕੇ ਲੈ ਗਏ ਨੇ, 2.5 ਲੱਖ ਰੁਪਏ ਲੁੱਟ ਕੇ ਲੈ ਗਏ ਨੇ ਨਕਾਬਪੋਸ਼। ਨੇੜੇ ਲੱਗੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ, ਜਿਸ ਦੇ ਵਿੱਚ ਦੋ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ਤੇ ਆਉਂਦੇ ਨੇ, ਮਾਂ ਬੱਚਿਆਂ ਨੂੰ ਰਾਹ 'ਚ ਰੋਕਦੇ ਨੇ। ਇੱਕ ਦੇ ਹੱਥ 'ਚ ਪਿਸਤੌਲ ਹੁੰਦੀ ਹੈ, ਦੂਜੇ ਦੇ ਹੱਥ ਦੇ ਵਿੱਚ ਤਲਵਾਰ ਹੁੰਦੀ ਹੈ। ਦੋਨੇ ਧਮਕਾ ਕੇ ਐਕਟਿਵਾ ਖੋ ਕੇ ਲੈ ਜਾਂਦੇ ਨੇ, ਕਿਉਂਕਿ ਐਕਟਿਵਾ ਦੇ ਅੰਦਰ 2.5 ਲੱਖ ਰੁਪਏ ਸੀ। ਜ਼ਿਕਰਯੋਗ ਗੱਲ ਇਹ ਹੈ ਕਿ ਲੁਟੇਰਿਆਂ ਦੇ ਵੱਲੋਂ ਹੋਰ ਕੁਝ ਨਹੀਂ ਖੋਇਆ ਗਿਆ। ਬੱਚਿਆਂ ਦਾ ਦਿਮਾਗ ਚੱਲ ਪਿਆ, ਬੱਚਿਆਂ ਨੇ ਇਸ ਗੱਲ ਨੂੰ ਫੜਿਆ ਅਤੇ ਹੁਣ ਬਿਆਨ ਦੇ ਰਹੇ ਨੇ ਅਤੇ ਉਸ ਸ਼ਖਸ ਤੇ ਇਲਜ਼ਾਮ ਲਗਾ ਰਹੇ ਨੇ ਜਿਸ ਨੇ 2.5 ਲੱਖ ਰੁਪਏ ਦਿੱਤੇ ਸੀ। ਬੱਚਿਆਂ ਦਾ ਕਹਿਣਾ ਹੈ ਕਿ ਉਸੇ ਸ਼ਖਸ ਨੇ ਇਹਨਾਂ ਲੁਟੇਰਿਆਂ ਨੂੰ ਭੇਜਿਆ ਸੀ, ਕਿਉਂਕਿ ਲੁਟੇਰਿਆਂ ਨੇ ਹੋਰ ਕੋਈ ਵੀ ਚੀਜ਼ ਨਹੀਂ ਲੁੱਟੀ, ਸਿਰਫ ਇੰਜ ਜਾਪ ਰਿਹਾ ਸੀ ਕਿ ਉਹ 2.5 ਲੱਖ ਰੁਪਏ ਲੁੱਟਣ ਆਏ ਹੋਣ। ਉਹਨਾਂ ਨੂੰ ਪਹਿਲਾਂ ਤੋਂ ਪਤਾ ਹੋਵੇ ਕਿ ਐਕਟਿਵਾ ਦੇ ਵਿੱਚ 2.5 ਲੱਖ ਰੁਪਏ ਨੇ, ਕਿਉਂਕਿ ਜੇਕਰ ਤੁਸੀਂ ਪਹਿਲਾਂ ਵੀ ਤਸਵੀਰਾਂ ਦੇਖੀਆਂ ਹੋਣਗੀਆਂ, ਕਈ ਥਾਵਾਂ ਤੋਂ ਆਉਂਦੀਆਂ ਨੇ ਜਿੱਥੇ ਲੁਟੇਰੇ ਲੁੱਟ ਕਰਨ ਆਉਂਦੇ ਨੇ ਤਾਂ ਹਰੇਕ ਚੀਜ਼ ਲੁੱਟ ਕੇ ਲੈ ਜਾਂਦੇ ਨੇ ਜੋ ਉਹਨਾਂ ਨੂੰ ਦਿਖਦਾ ਹੈ। ਪਰ ਇਹ ਪਰਿਵਾਰ ਦਾ ਕਹਿਣਾ ਹੈ ਕਿ ਹੱਥਾਂ ਦੇ ਵਿੱਚ ਫੋਨ ਫੜੇ ਹੋਏ ਸੀ, ਨਾ ਲੁਟੇਰਿਆਂ ਨੇ ਉਹ ਖੋਏ, ਨਾ ਹੀ ਕੋਈ ਸੋਨੇ ਦਾ ਗਹਿਣਾ ਖੋਇਆ, ਸਿੱਧਾ ਐਕਟਿਵਾ ਖੋ ਕੇ ਫਰਾਰ ਹੋ ਗਏ। ਆਓ ਬੱਚਿਆਂ ਦਾ ਅਤੇ ਮਾਂ ਦਾ ਕੀ ਕਹਿਣਾ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ, ਜਾਣਦੇ ਹਾਂ। ਅਸੀਂ ਪੈਸੇ ਲੈਣ ਜਾਣਾ ਸੀ ਅੰਕਲ ਤੋਂ, ਅਤੇ ਰਾਤ ਨੂੰ ਉਹਨਾਂ ਨੇ ਕਿਹਾ ਕਿ ਹੁਣੇ ਪੈਸੇ ਲੈ ਕੇ ਜਾਓ, ਅਤੇ ਅਸੀਂ ਕਿਹਾ ਸਵੇਰੇ ਲੈਣ, ਕਹਿੰਦੇ ਨਹੀਂ ਹੁਣੇ ਲੈ ਕੇ ਜਾਓ, ਸਵੇਰੇ ਸਾਡੇ ਕੋਲ ਖਰਚੇ ਨਾ ਜਾਣ। ਅਸੀਂ ਉਹਨਾਂ ਘਰ ਪੈਸੇ ਲੈਣ ਗਏ, ਉਹਨਾਂ ਨੇ ਸਾਨੂੰ ਮਤਲਬ ਕਿ ਉਲਝਾ, ਮਤਲਬ ਕਿ ਪਹਿਲੇ ਕਹਿੰਦੇ ਚਾਹ ਪੀ ਲਓ, ਇਹ ਕਰ ਲਓ, ਅੱਧਾ ਪੌਣਾ ਘੰਟਾ ਸਾਨੂੰ ਬਿਠਾਈ ਰੱਖਿਆ ਆਪਣੇ ਘਰ। ਬਾਅਦ 'ਚੋਂ ਕਹਿੰਦੇ ਕਿ ਚਲੋ ਪੈਸੇ ਵੀ ਬਾਹਰ ਆਏ, ਅਤੇ ਉਹ ਕਹਿੰਦੇ ਡਿੱਕੀ 'ਚ ਰੱਖ ਲਓ ਪੈਸੇ, ਖੁਦ ਕਹਿੰਦੇ ਕਿ ਡਿੱਕੀ 'ਚ ਪੈਸੇ ਰੱਖ ਲਓ ਤੁਸੀਂ। ਅਤੇ ਜਦੋਂ ਅਸੀਂ ਆਉਂਦੇ ਅਤੇ ਆਉਂਦੇ ਆਉਂਦੇ ਨਾ ਇੱਥੇ ਆਉਂਦੇ ਆਉਂਦੇ ਦੋ ਨੌਜਵਾਨ ਆਏ, ਅਤੇ ਉਹਨਾਂ ਨੇ ਇੱਕ ਨੇ ਪਿਸਤਲ ਫੜੀ ਹੱਥ 'ਚ ਅਤੇ ਇੱਕ ਨੇ ਦਾਤਰ ਫੜੀ। ਉੱਤਰ ਕੇ ਕਹਿੰਦੇ ਛੇਤੀ ਚਾਬੀ ਫੜਾਓ, ਚਾਬੀ ਫੜਾਓ, ਐਕਟਿਵਾ ਦੀ ਚਾਬੀ ਫੜਾਓ। ਫੋਨ ਹੱਥ 'ਚ ਫੋਨ ਨਹੀਂ ਫੜੇ, ਨਾ ਕੁੱਖ ਨਹੀਂ ਫੜਿਆ, ਲੈ ਕੇ ਸਿੱਧਾ ਐਕਟਿਵਾ। ਸਾਜਿਸ਼ ਹੈ ਵੀਰ ਜੀ, ਲੁੱਟ ਖੋਹ ਨਹੀਂ ਕੀਤੀ ਗਈ। ਤੁਸੀਂ ਭਾਵੇਂ ਆਪਣੇ ਬੱਚੇ ਭੇਜ ਦਿਓ, ਤੁਸੀਂ ਆਪ ਆ ਜਾਓ। ਮੈਂ ਨਹੀਂ, ਮੈਂ ਬੱਚੇ ਨਹੀਂ, ਮੈਂ ਆਪ ਆਉਂਦੀ ਹਾਂ ਨਾਲ ਬੇਟੇ ਦੇ। ਜਦੋਂ ਅਸੀਂ ਆਏ ਹਾਂ ਅਤੇ ਆ ਕੇ ਉਹਨਾਂ ਘਰ ਬੈਠੇ ਹਾਂ ਅਤੇ ਗੱਲਾਂ ਬਾਤਾਂ ਕਰਦੇ ਰਹੇ, ਸਾਡਾ ਟਾਈਮ ਜਿੱਦਾਂ ਲੰਘਾਉਣ ਡੇ ਸੀ ਉਹ ਪਤਾ ਨਹੀਂ ਮੈਨੂੰ ਇਹਨਾਂ ਦੇ ਕੀ, ਅਤੇ ਟਾਈਮ ਲੰਘਾਉਂਦੇ ਲੰਘਾਉਂਦੇ ਮੈਂ ਆਪ ਹੀ ਗਿਆ ਵੀਰ ਜੀ ਪੈਸੇ ਗਿਣੇ, ਤੁਸੀਂ ਆਉਂਦੇ ਇੱਕ ਵਾਰੀ ਤੁਸੀਂ ਗਿਣ ਲਓ ਪੈਸੇ। ਜਦੋਂ ਗਿਣੇ ਆ ਤੇ ਆਂਦੇ 1000 ਰੁਪਇਆ ਘੱਟ ਆ, 2.5 ਲੱਖ 'ਚ ਤੁਹਾਨੂੰ ਮੈਂ ਗੂਗਲ ਪੇ ਕਰ ਦਿੰਦਾ ਹੈ। ਜਦੋਂ ਮੈਂ ਗਿਣੇ ਇੱਕ ਨੋਟ ਵੱਧ ਸੀ, ਮੈਂ ਭਾਜੀ ਆ ਵੱਧ ਆ, ਤੁਸੀਂ ਲੈ ਲਓ ਆਪਣੇ ਪੈਸੇ। ਅਤੇ ਇਸ ਤਰ੍ਹਾਂ ਹੀ ਸਾਨੂੰ ਅੱਧਾ ਕੁ ਘੰਟਾ ਹੀ ਬੈਠੇ ਹਾਂ ਉਹਨਾਂ ਦੇ ਘਰ। ਜਦੋਂ ਅਸੀਂ ਮਤਲਬ ਤੁਰਨ ਲੱਗੇ ਤੇ ਵੀਰ ਜੀ ਆਂਦੇ ਪੈਸੇ ਤੁਸੀਂ ਡਿੱਗੀ 'ਚ ਰੱਖ ਲਓ, ਭਾਬੀ ਡਿੱਗੀ 'ਚ ਰੱਖ ਲਓ ਪੈਸੇ ਤੁਸੀਂ। ਅਤੇ ਮੈਂ ਇੰਨੀ ਗੱਲ ਕਹਿ ਕੇ ਹਜੇ ਬਾਹਰ ਉਹਨਾਂ ਦੀ ਗਲੀ 'ਤੇ ਆਈ ਹਾਂ, ਅੱਗੋਂ ਮੋਟਰਸਾਈਕਲ ਵਾਲੇ ਮੁੰਡੇ ਮੈਨੂੰ ਵੇਖ ਕੇ ਇੱਧਰ ਬਾਹਰ ਨੂੰ ਆਏ ਆ।
ਕਿ ਇਹ ਆਉਣ ਡੇ ਉਧਰ, ਜਿਸ ਤਰ੍ਹਾਂ ਉਹਨਾਂ ਨੂੰ ਸਭ ਪਤਾ ਸੀ। ਅਸੀਂ ਆਪਣੇ ਮੋਬਾਈਲ ਹੱਥਾਂ 'ਚ ਫੜੇ, ਉਹਨਾਂ ਨੇ ਮੋਬਾਈਲ ਨਹੀਂ ਖੋਏ ਸਾਡੇ, ਸਾਡੇ ਕੋਈ ਗਹਿਣਾ ਨਹੀਂ, ਕੋਈ ਪੈਸਾ ਨਹੀਂ ਉਹਨਾਂ ਨੇ ਮੰਗਿਆ, ਸਿਰਫ ਐਕਟਿਵਾ ਦੀ ਚਾਬੀ ਲੈ ਕੇ ਚਲ ਗਏ ਨੇ। ਇੱਕ ਕੋਲ ਪਿਸਟਲ ਸੀ, ਇੱਕ ਕੋਲ ਦਫ਼ਤਰ ਸੀ। ਕਿੰਨੇ ਪੈਸੇ ਸੀ ਵਿੱਚ? 2.5 ਲੱਖ ਰੁਪਇਆ ਵੀਰ ਜੀ। ਤੇ ਕੋਈ ਐਕਟਿਵਾ ਮਿਲ ਗਈ ਤੁਹਾਡੇ? ਐਕਟਿਵਾ ਸਵੇਰੇ ਫੋਨ ਆਇਆ ਕਿਸੇ ਵੀਰ ਜੀ ਦਾ ਕਿ ਅਸੀਂ ਇੱਧਰ ਰੋਈ ਲਾਗੇ ਜਿਹੜਾ ਜਮਸਤਪੁਰਾ ਪਿੰਡ ਆ, ਅਸੀਂ ਉਧਰੋਂ ਲੰਘਣ ਦੇ ਸੀ ਮੰਡੀ ਵੱਲ ਨੂੰ, ਕੋਈ ਕੰਮ ਹੀ ਉਧਰੋਂ ਆਉਂਦੇ ਸੀ, ਜਾਂਦੇ ਆ ਵੇਖੀ ਐਕਟਿਵਾ, ਫਿਰ ਅਸੀਂ ਆਉਂਦੇ ਆ ਵੇਖੀ ਤੇ ਤੁਹਾਨੂੰ ਕਾਲ ਕੀਤਾ ਵੀ ਚੋਂ ਕਾਗਜ਼ ਕੱਢ ਕੇ। ਡਿੱਗੀ ਦਾ ਲੋਕ ਤੋੜ ਕੇ ਫੇਰ ਉਹਨਾਂ ਨੇ ਪੈਸੇ ਕੱਢੇ। ਬਾਕੀ ਵੀਰ ਜੀ ਇਹ ਪੈਸਿਆਂ ਦੀ ਗੱਲ ਅਸੀਂ ਕਿਸੇ ਨਾਲ ਨਹੀਂ ਕੀਤੀ, ਇਹਨਾਂ ਨੂੰ ਪਤਾ ਸੀ ਕਿਸੇ ਨੇ ਸੂਹ ਦਿੱਤੀ ਤੇ ਪੈਸਿਆਂ ਦਾ ਪਤਾ ਸੀ ਉਹਨਾਂ ਨੂੰ, ਫੇਰ ਸਾਡੇ ਸਾਨੂੰ ਪੈਸੇ ਦਿੱਤੇ ਜਾਣ ਵਾਪਸ ਸਾਨੂੰ ਇਹਨਾਂ ਦੀ, ਜਿਹਨਾਂ ਨੇ ਪੈਸੇ ਦਿੱਤੇ ਆ ਵੀਰ ਜੀ। ਸ਼ਾਮੀ ਲੇਡੀ ਜੀ ਪੈਸੇ ਲੈ ਕੇ ਆਈ ਸੀਗੀ ਆਪਣੇ ਐਕਟਿਵਾ ਤੇ, ਨਾਲ ਉਹਦੇ ਬੱਚੇ ਸੀਗੇ, ਨਾਲ ਉਹਦੇ ਬੱਚੇ ਸੀਗੇ ਤੇ ਉਹ ਪੈਸੇ ਲੈ ਕੇ ਆਈ ਸੀ 2.5 ਲੱਖ ਰੁਪਈਆ। ਤੇ ਉਹਦੇ ਕੋਈ ਇੱਥੇ ਕਹਿੰਦੇ ਇੱਕ ਦਾਤਰ ਵਿਖਾ ਕੇ ਤੇ ਇੱਕ ਅਸਲੇ ਦਾ ਕੋਈ ਐਮਰਜੈਂਸੀ ਵਿਖਾਇਆ, ਤੇ ਉਹ ਵਿਖਾ ਕੇ ਤੇ ਉਹ ਪੈਸੇ ਖੋ ਕੇ ਲੈ ਗਏ, ਐਕਟਿਵਾ ਖੋ ਕੇ ਲੈ ਗਏ। ਐਕਟਿਵਾ ਜਿਹੜੀ ਉਹ ਮਿਲ ਗਈ ਹੈ, ਬਾਕੀ ਕੈਮਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਕੈਮਰੇ 'ਚ। ਨਹੀਂ ਹੈ ਜੀ, ਕਾਰ ਵੀ ਜਾ ਰਹੀ ਹੈ ਜੀ, ਕੈਮਰੇ 'ਚ ਵਿੱਚ ਆ ਰਹੇ ਆ, ਪਰ ਅਜੇ ਤਸਦੀਕ ਨਹੀਂ ਹੋ ਰਹੀ। ਇਹ ਸਾਹਮਣੇ ਗਲੀ ਦੇ ਵਿੱਚ, ਇਸੇ ਗਲੀ ਦਾ ਹੀ ਹੈ। 2.5 ਲੱਖ ਰੁਪਏ ਜੀ। ਇਹ 9:30 ਦਾ ਜੀ।